ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬੰਦੇ ਮਾਤਰਮ ਐਕਸਪ੍ਰੈਸ ਟ੍ਰੇਨ ਦੀਆਂ ਤਿਆਰੀਆਂ ਸੰਬੰਧੀ ਜਿੱਥੇ ਵੱਡੇ ਸਮਾਗਮ ਦੇ ਨਾਲ ਇਸ ਟ੍ਰੇਨ ਦੀ ਸ਼ੁਰੂਆਤ ਹੋ ਰਹੀ ਹੈ, ਉੱਥੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਦੀ ਨਿਗਰਾਨੀ ਹੇਠ ਇਸ ਬੰਦੇ ਮਾਤਰਮ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਸਾਂਸਦ ਗੁਰਜੀਤ ਔਜਲਾ। ਉਹਨਾਂ ਨੇ ਰੇਲ ਮੰਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਦੱਸਿਆ ਕਿ ਅੱਜ ਮੱਧ ਵਰਗੀ ਲੋਕਾਂ ਦਾ ਜਹਾਜ਼ ਵਿੱਚ ਬੈਠਣ ਦਾ ਜੋ ਸੁਪਨਾ ਹੈ ਉਹ ਟ੍ਰੇਨ ਪੂਰਾ ਕਰਨ ਜਾ ਰਹੀ ਹੈ, ਕਿਉਂਕਿ ਵੰਦੇ ਮਾਤਰਮ ਟ੍ਰੇਨ ਅਜਿਹੀ ਟ੍ਰੇਨ ਹੈ ਜੋ ਜਹਾਜ਼ ਵਾਲੀ ਸੁਵਿਧਾ ਦਾ ਲੈਸ ਹੈ ਅਤੇ ਉਸ ਲੋਕ ਜੋ ਜਹਾਜ਼ ਦਾ ਕਿਰਾਇਆ ਨਹੀਂ ਖਰਚ ਸਕਦੇ ਉਹਨਾਂ ਨੂੰ ਘੱਟ ਖਰਚੇ ਵਿੱਚ ਜਹਾਜ਼ ਵਿੱਚ ਬੈਠਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਟ੍ਰੇਨ ਵਿੱਚ ਬੜੇ ਹੀ ਵਾਜਿਬ ਕਿਰਾਏ ਵਿੱਚ ਮਿਲਣਗੀਆਂ। ਉੱਥੇ ਉਹਨਾਂ ਨੇ ਕਿਹਾ ਕਿ ਵੰਦੇ ਮਾਤਰਮ ਇੱਕ ਅਜਿਹੀ ਟ੍ਰੇਨ ਹੈ ਜਿਸ ਦੇ ਵਿੱਚ ਪੂਰਾ ਜਹਾਜ਼ ਵਾਲਾ ਸਿਸਟਮ ਹੁੰਦਾ ਹੈ, ਪੂਰੇ ਤਰੀਕੇ ਦੇ ਨਾਲ ਇੱਕ ਰਿਹਾਇਸ਼ ਜਿਹਨੂੰ ਕਹਿੰਦੇ ਨੇ ਪੂਰੇ ਉਸ ਤਰੀਕੇ ਦੀ ਹੁੰਦੀ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਲੋਕਾਂ ਕੋਲ ਜਹਾਜ਼ ਵਿੱਚ ਬੈਠਣਾ ਉਹਨਾਂ ਦਾ ਸੁਪਨਾ ਹੈ ਪਰ ਉਹਨਾਂ ਕੋਲ ਕਿਰਾਇਆ ਘੱਟ ਹੁੰਦਾ ਹੈ, ਤਾਂ ਇਹ ਟ੍ਰੇਨ ਜਿਹੜੀ ਹੈ ਉਹ ਸੁਪਨਾ ਪੂਰਾ ਕਰ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਦੇ ਪ੍ਰੋਜੈਕਟਾਂ ਲਈ ਕਰਦਾ ਰਿਹਾ, ਜਦੋਂ ਜੇ ਇੱਕ ਵੱਡਾ ਪ੍ਰੈਸਟੀਜੀਅਸ ਪ੍ਰੋਜੈਕਟ ਬੰਦੇ ਭਾਰਤ ਨੂੰ ਅੰਮ੍ਰਿਤਸਰ ਤੱਕ ਲੈ ਕੇ ਆਉਣਾ ਸੀ, ਕਿਉਂਕਿ ਸਾਰੇ ਦੇਸ਼ 'ਚ ਟ੍ਰੇਨਾਂ ਚੱਲੀਆਂ ਸੀ, ਅੰਮ੍ਰਿਤਸਰ ਵਾਸਤੇ ਟ੍ਰੇਨ ਹੀ ਸੀ ਔਰ ਸਭ ਤੋਂ ਵੱਡਾ ਟੂਰਿਸਟ ਸਿਟੀ ਅੰਮ੍ਰਿਤਸਰ ਹੈ ਔਰ ਮੈਂ ਇਹਦੇ ਵਾਸਤੇ ਜਿਹੜੇ ਰੇਲਵੇ ਮਿਨਿਸਟਰ ਉਹਨੂੰ ਵਾਰ ਵਾਰ ਮਿਲਦੇ ਰਹੇ, ਮੈਂ ਧੰਨਵਾਦ ਕਰਦਾ ਰੇਲਵੇ ਮਿਨਿਸਟਰ ਦਾ ਅਸ਼ਵਨੀ ਵੈਸ਼ਨਵ ਜੀ ਦਾ ਜਿਨ੍ਹਾਂ ਨੇ ਮੇਰੀ ਇਹ ਗੱਲ ਮੰਗ ਨੂੰ ਪ੍ਰਵਾਨ ਕੀਤਾ ਆ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਅੱਜ ਇਹ ਇਨੋਗਰੇਸ਼ਨ ਕੀਤੀ ਹੈ ਟ੍ਰੇਨ ਦੀ। ਸੋ ਅੰਮ੍ਰਿਤਸਰ ਟੂਰਿਸਟ ਸਿਟੀ ਹੈ, ਅੰਮ੍ਰਿਤਸਰ 'ਚ ਲੱਖਾਂ ਤਾਦਾਦ 'ਚ ਟੂਰਿਸਟ ਆਉਂਦੇ ਨੇ, ਇੱਥੇ ਗਰੀਬ ਲਈ ਵੀ ਸਹੂਲਤ ਚਾਹੀਦੀ ਹੈ, ਮੱਧਮ ਵਰਗ ਲਈ ਵੀ ਚਾਹੀਦੀ, ਅਮੀਰ ਲਈ ਵੀ ਚਾਹੀਦੀ ਹੈ, ਕਿਉਂਕਿ ਇੱਥੇ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ। ਅਸੀਂ ਉਹਨੂੰ ਧਿਆਨ 'ਚ ਰੱਖਦੇ ਹੋਏ ਜਿੱਥੇ ਸੁਪਰਫਾਸਟ ਚੱਲਦੀ ਹੈ, ਸਟਾਫ ਦੀ ਚੱਲਦੀ, ਹੋਰ ਟ੍ਰੇਨਾਂ ਵੀ ਚੱਲਦੀਆਂ ਨੇ, ਉਹਦੇ ਨਾਲ ਉੱਪਰਲੇ ਵਰਗ ਲਈ ਵੀ ਇੱਕ ਟ੍ਰੇਨ ਚਾਹੀਦੀ, ਜਿਹੜਾ ਬੰਦਾ ਇੱਕ ਮੱਧਮ ਵਰਗ ਜਹਾਜ਼ 'ਚ ਸਫ਼ਰ ਕਰਨਾ ਚਾਹੁੰਦਾ ਘੱਟ ਸਮੇਂ ਦੇ ਵਿੱਚ, ਇਹ ਉਹਨਾਂ ਵਾਸਤੇ ਹੈ ਕਿ ਜਿਹੜੇ ਜਹਾਜ਼ ਸਫ਼ਰ ਕਰਨਾ ਉਹਦੇ ਪਰ ਪੈਸੇ ਘੱਟ ਹੈ ਅਤੇ ਸਮਾਂ ਵੀ ਉਹਨਾਂ ਕੋਲ ਘੱਟ ਲਾਉਣਾ ਚਾਹੁੰਦੇ ਆ, ਇਹ ਉਹਨਾਂ ਵਰਗਾਂ ਵਾਸਤੇ ਵੀ ਹੈ। ਬਾਕੀ ਜਿਹੜਾ ਮਰਜ਼ੀ ਕਰ ਸਕਦਾ, ਜਿਹਦੇ ਕੋਈ ਗੁੰਜਾਇਸ਼ ਹੈਗੀ ਹੈ ਉਹ ਇਸ ਟ੍ਰੇਨ 'ਚ ਲਾਹਾ ਲੈ ਸਕਦਾ, ਪਰ ਅੰਮ੍ਰਿਤਸਰ ਦੀ ਨਗਰੀ ਨੂੰ ਇਹਦਾ ਬਹੁਤ ਲਾਹਾ ਆ। ਅੱਜ ਤੁਸੀਂ ਵੇਖੋ ਮੈਕਸੀਮਮ ਜਿਹੜੇ 5-star ਹੋਟਲ ਨੇ, 4-star ਹੋਟਲ ਨੇ ਅੰਮ੍ਰਿਤਸਰ ਬਣ ਰਹੇ ਨੇ, ਇਹ ਸਾਡੀ ਇਕਾਨਮੀ ਦੀ ਗਰੋਥ ਹੈ। ਇਹਦੇ ਨਾਲ ਇੱਕ ਗਰੀਬ ਨੂੰ ਇੱਕ ਸਫਾਈ ਕਰਨ ਵਾਲੇ ਤੋਂ ਲੈ ਕੇ ਰੇਹੜੀ ਵਾਲੇ ਖਾਣ ਵਾਲੇ ਤੋਂ ਖਾਣਾ ਬਣਾਉਣ ਵਾਲੇ ਤੋਂ ਲੈ ਕੇ ਵੇਟਰ ਤੋਂ ਲੈ ਕੇ ਮੈਨੇਜਰ ਤੱਕ ਹਰ ਬੰਦੇ ਨੂੰ ਰੁਜ਼ਗਾਰ ਮਿਲਦਾ ਆ। ਕੰਸਟਰਕਸ਼ਨ ਹੋ ਰਹੀ ਹੈ, ਕੰਸਟਰਕਸ਼ਨ ਦਾ ਬਹੁਤ ਵੱਡਾ ਜਿਹੜਾ ਕੰਮ ਹੈ ਉਹ ਸਾਰਾ ਅੰਮ੍ਰਿਤਸਰ ਚੱਲ ਰਿਹਾ। ਇਹ ਸਰਬਪੱਖੀ ਵਿਕਾਸ ਦੇ ਵਿੱਚ ਇੱਕ ਮੀਲ ਪੱਥਰ ਜਿਹੜਾ ਆ ਉਹ ਵੰਦੇ ਭਾਰਤ ਦਾ ਵੀ ਹੈ, ਅੰਮ੍ਰਿਤਸਰ ਦੀ ਨਗਰੀ ਦੇ ਵਿਕਾਸ ਦੇ ਵਿੱਚ ਮੈਂ ਕਹਿ ਸਕਦਾ। ਫਰਕ ਪਏਗਾ ਜਿਹਦੇ ਨਾਲ ਇਹ ਟ੍ਰੇਨ ਚੱਲਣ, ਬਹੁਤ ਫਰਕ ਪਏਗਾ। ਦੇਖੋ ਬਹੁਤ ਲੋਕ ਆਉਣਾ ਚਾਹੁੰਦੇ ਨੇ ਅੰਮ੍ਰਿਤਸਰ, ਗੁਰੂ ਨਗਰੀ ਤੁਸੀਂ ਦੇਖੋ, ਹਰਿਮੰਦਰ ਸਾਹਿਬ ਕਿੰਨਾ ਤਾਂਤਾ ਲੱਗਾ ਹੁੰਦਾ ਕਿ ਤੁਸੀਂ ਅੱਜ 2-2 ਘੰਟੇ ਲੋਕਾਂ ਨੂੰ ਵੇਟ ਕਰਨੀ ਪੈਂਦੀ, ਮਤਲਬ ਟੂਰਿਸਟ ਬਾਹਰੋਂ ਆ ਰਿਹਾ ਨਾ। ਸੋ ਇਹ ਇਹ ਉਹਨਾਂ ਦੀ ਸਹੂਲਤ ਹੈ। ਅੱਜ ਗੁਰੂ ਨਗਰੀ ਦੇ ਵਿੱਚ ਹਰਿਮੰਦਰ ਸਾਹਿਬ, ਦੁਰਗਿਆਣਾ ਤੀਰਥ, ਰਾਮ ਤੀਰਥ, ਬਾਲਮਿਕ ਤੀਰਥ, ਸਾਰੇ ਤੀਰਥ ਸਥਾਨਾਂ ਦੀ ਇਹ ਪਵਿੱਤਰ ਧਰਤੀ ਦੇ ਉੱਤੇ ਲੋਕ ਆਉਣਾ ਚਾਹੁੰਦੇ ਨੇ। ਰਾਜਨੀਤੀ ਸ਼ੁਰੂ ਹੋ ਗਈ, ਸ਼ਵੇਤ ਮਲਿਕ ਜੀ ਕਹਿੰਦੇ ਉਹਨਾਂ ਦੇ ਯਤਨਾਂ ਸਦਕਾ ਹੋਇਆ। ਦੇਖੋ ਸ਼ਵੇਤ ਮਲਿਕ ਜੀ ਜਦੋਂ ਰਾਜ ਸਭਾ ਸੀ, ਹੋ ਸਕਦਾ ਉਹਨਾਂ ਵੀ ਕਿਤੇ ਕਿਹਾ ਹੋਵੇ, ਪਰ ਰਾਜ ਸਭਾ ਨੂੰ ਮੇਰਾ 2-3 ਸਾਲ ਹੋ ਗਏ, ਉਹ ਤਾਂ ਹੁਣ ਆਏ ਨਹੀਂ। ਇਹ ਕੰਮ ਅਸੀਂ 22-23 'ਚ ਜ਼ਿਆਦਾ ਇਹਦੇ 'ਤੇ ਮਿਹਨਤ ਕਰਨੀ ਪਈ ਹੈ, ਉਦੋਂ ਮਲਿਕ ਸਾਹਿਬ ਮੈਂਬਰ ਨਹੀਂ ਹੈਗੇ, ਪਰ ਮੈਂ ਚਲੋ ਫਿਰ ਵੀ ਇਹ ਗੱਲ ਨਹੀਂ, ਭਰਾਏ ਸਾਡੇ ਜਿਹਨੇ ਜਿੰਨਾ ਕੀਤਾ ਉਹਦਾ ਉਨਾ ਹੀ ਸ਼ੁਕਰੀਆ। ਪਰ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ, ਜੋ ਮੇਰਾ ਤੁਸੀਂ ਚੁਣਿਆ ਸੀ, ਮੈਂ ਸਮਝਦਾ ਹਾਂ ਕਿ ਉਹ ਮੈਂ ਆਪਣੇ ਆਪ 'ਤੇ ਕੋਸ਼ਿਸ਼ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਔਰ ਹੋਇਆ ਵੀ ਹੈ। ਗੁਰੂ ਨਗਰੀ ਦੇ ਵਾਸਤੇ ਤੁਸੀਂ ਆ ਤੁਹਾਡੇ ਸਾਹਮਣੇ ਹੈ, ਮੈਂ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਟ੍ਰੇਨ ਚੱਲਣ ਦੀ ਇਹਦਾ ਸਿਹਰਾ ਸਿਹਰਾ ਆ ਇਹ ਮੈਂ ਸ਼ਹਿਰ ਵਾਸੀਆਂ ਨੂੰ ਦਿੰਦਾ, ਨਗਰੀ ਵਾਸੀਆਂ ਨੂੰ ਦਿੰਦਾ। ਸ਼ਰਧਾਲੂਆਂ ਲਈ ਸਭ ਤੋਂ ਬੈਨੀਫਿਸ਼ੀਅਲ ਰਹਿਣ ਵਾਲਾ ਹੈ ਜੀ, ਬਹੁਤ ਬਹੁਤ ਬੈਨੀਫਿਸ਼ ਰਹੇਗਾ। ਇੱਕ ਤਾਂ ਨਵੀਂ ਟੈਕਨੀਕ ਹੈ, ਨਵੀਂ ਟ੍ਰੇਨ ਹੈ ਔਰ ਵਾਈਫਾਈ ਹੈ, ਫੋਗ ਦੇ ਵਿੱਚ ਵੀ ਚੱਲੇਗੀ, ਸਸਪੈਂਸ਼ਨ ਬਹੁਤ ਵਧੀਆ ਹੈ, ਮਤਲਬ ਹਰ ਚੀਜ਼ ਜਿਹੜੀ ਹੈ ਇਹਦੀ ਬੜੀ ਪਰਪੱਕ ਜੀ ਔਰ ਬੜੀ ਐਡਵਾਂਸ ਟੈਕਨੋਲੋਜੀ। ਜਿੱਦਾਂ ਅਸੀਂ ਬਾਹਰਲੇ ਡਿਵੈਲਪ ਕੰਟਰੀਆਂ ਜਾਂਦੇ ਦੇਖਦੇ, ਉੱਥੋਂ ਦਾ ਟ੍ਰੇਨ ਸਿਸਟਮ ਉਹ ਚੀਜ਼ ਅੰਮ੍ਰਿਤਸਰ 'ਚ ਤੁਹਾਨੂੰ ਵੇਖਣ ਨੂੰ ਮਿਲੇਗੀ, ਜਿਹੜਾ ਅੰਤਰਰਾਸ਼ਟਰੀ
ਪੈਸੇਂਜਰ ਵੀ ਆਵੇਗਾ, ਉਹ ਵੀ ਇਹ ਚੀਜ਼ਾਂ ਵੇਖੇਗਾ ਵੀ ਇਹ ਚੀਜ਼ਾਂ ਵਾਕਿਆ ਅੰਮ੍ਰਿਤਸਰ 'ਚ ਵੀ ਹੈਗੀਆਂ। ਪੰਜਾਬ ਨੂੰ ਤੇ ਦਿੱਲੀ ਨੂੰ ਜੋੜਨ ਵਾਸਤੇ ਵੱਡੀ ਟ੍ਰੇਨ ਦੀ ਜ਼ਰੂਰਤ ਸੀ, ਕੀ ਲੱਗਦਾ ਕਿ ਕਿਉਂਕਿ ਨੌਜਵਾਨ ਜਿਹੜਾ ਕੰਮ ਕਰਨਾ ਚਾਹੁੰਦੇ ਸੀ ਚੰਡੀਗੜ੍ਹ, ਜਿੰਨਾ ਸਮਾਂ ਹੀ ਲੱਗੇਗਾ, ਕੀ ਲੱਗਦਾ ਕਿ ਦਿੱਲੀ ਵਾਸਤੇ ਨੌਜਵਾਨਾਂ ਦਾ ਰਸਤਾ ਵੀ ਖੁੱਲਦਾ ਹੋਇਆ ਨਜ਼ਰ ਆ ਰਿਹਾ? ਦੇਖੋ, ਸਟੈਪ ਬਾਏ ਸਟੈਪ ਅਸੀਂ ਬੈਟਰ ਕਰ ਰਹੇ ਹਾਂ। ਜਿੱਦਾਂ ਸ਼ਤਾਬਦੀ ਚੱਲੀ ਸੀ ਸਮੇਂ ਦੇ ਲਿਹਾਜ਼ ਨਾਲ, ਹੁਣ ਇਹਦੀ ਮੰਗ ਸੀ ਇਹ ਆਪਾਂ ਚਲਾਈ ਹੈ ਬੰਦੇ ਭਾਰਤ, ਹੁਣ ਜਿਹੜੀ ਬੁਲਟ ਟ੍ਰੇਨ 'ਤੇ ਕੰਮ ਚੱਲ ਰਿਹਾ, ਹੁਣ ਆਪਾਂ ਹੋਰ ਫਾਸਟ ਟ੍ਰੇਨ ਦੇਵਾਂਗੇ ਇਹਨੂੰ। ਗੁਰੂ ਨਗਰੀ ਵਾਸਤੇ ਮੈਕਸੀਮਮ ਪ੍ਰੋਜੈਕਟ ਜਿਹੜੇ ਆ ਅਸੀਂ ਲਿਆਂਦੇ ਵੀ ਹੈ, ਲਿਆਉਣੇ ਵੀ ਆ, ਔਰ ਪਾਈਪਲਾਈਨ 'ਚ ਵੀ ਨੇ। ਇਹ ਕੋਈ ਕੰਮ ਇਹ ਨਹੀਂ ਗਾ ਕਿ ਟ੍ਰੇਨ ਦਾ ਕੰਮ ਖਤਮ ਹੋ ਜਾਂਦਾ, ਇੱਕ ਇਹ ਹਿੱਸਾ ਆ ਸਾਡੀ ਡਿਵੈਲਪਮੈਂਟ ਦਾ ਟ੍ਰੇਨ ਚਲਾਉਣਾ, ਔਰ ਇਹਦੇ ਨਾਲ ਜਿਹੜੀਆਂ ਟ੍ਰੇਨ ਚੱਲ ਰਹੀਆਂ ਨੇ ਉਹਨਾਂ ਦੇ ਵਾਸਤੇ ਵੀ ਅੱਛੇ ਪ੍ਰਬੰਧ ਕਹੀਏ। ਜਿਵੇਂ ਹਜ਼ੂਰ ਸਾਹਿਬ ਦੀ ਟ੍ਰੇਨ, ਮੈਂ ਅੱਜ ADR ਆ ਮੈਨੂੰ ਕਿਹਾ ਕਿ ਹਜ਼ੂਰ ਸਾਹਿਬ ਦੀ ਟ੍ਰੇਨ ਦਾ ਤੁਹਾਨੂੰ ਖਿਆਲ ਰੱਖਣਾ ਪਊਗਾ, ਉਹਦਾ ਮਤਲਬ ਕੋਚਿਸ ਦੇ ਵਿੱਚ ਸਫਾਈ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ, ਟਾਈਮ ਚੇਂਜ ਕਰੋ ਉਹਦਾ 7:30 ਕਰੋ। ਇੱਦਾਂ ਹੀ ਸੁਪਰਫਾਸਟ ਦੇ ਵਿੱਚ ਜਿਹੜੇ ਚੇਅਰ ਕਾਰ ਰਹੇ ਸੀ, ਚੇਅਰ ਕਾਰ ਦੀ ਬਹੁਤ ਮਾੜੀ ਹਾਲਤ ਹੈ। ਸੋ ਬੜੇ ਕੰਮ ਰਹੇ ਨੇ, ਨਿੱਕੇ ਨਿੱਕੇ ਕੰਮ ਅਸੀਂ ਉਹ ਕਰਦੇ ਰਹਿੰਦੇ ਹਾਂ ਰੂਟੀਨ ਦੇ ਵਿੱਚ। ਜਿਵੇਂ ਤੁਸੀਂ ਸੱਚਖੰਡ ਦੀ ਗੱਲ ਕੀਤੀ, ਉਸਦੇ ਵਿੱਚ ਲੋਕ ਬੀੜੀ ਤੰਬਾਕੂ ਵੀ ਪੀਂਦੇ ਆ, ਜਾਂ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਾਂ ਤਾਂ ਉਹ ਗੱਡੀ ਦਾ ਨਾਮ ਬਦਲ ਦਿੱਤਾ ਜਾਵੇ ਜਾਂ ਉਹਦੇ ਵਿੱਚ ਖਾਸ ਧਿਆਨ। ਦੇਖੋ, ਉਹਦੇ ਵਾਸਤੇ ਮੈਂ ਇਹਨਾਂ ਨੂੰ ਕਿਹਾ ਕਿ ਇਹਦੇ ਵਾਸਤੇ ਧਿਆਨ ਤੁਹਾਨੂੰ ਰੱਖਣਾ ਪਊਗਾ, ਸਿਰੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਉਣਾ ਪਏਗਾ ਕਿ ਇਹ ਥੋੜ੍ਹਾ ਜਿਹਾ ਮਤਲਬ ਜਿਹੜਾ ਨਾਮ ਹੀ ਆ ਉਹਨੂੰ ਵੀ ਕਹਿ ਕੇ, ਜਾਂ ਜਿਹੜੇ ਲੋਕਾਂ ਦੀ ਆਸਤਾ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ ਲੋਕ ਇਹ ਕੰਮ ਨਾ ਉਹਦੇ 'ਚ ਕਰਨ। ਮੈਂ ਇਹ ਗੱਲ ਆਲਰੇਡੀ ਰੱਖੀ ਆ ਰਿਹਾ।